ਸ਼ਾਮਿਰ ਕਦੋਂ ਪਿਆਰ ਹੋਇਆ? ਪਿਆਰ ਆਈ ਦੋ ਡੇਢ ਸਾਲ ਪਹਿਲੇ ਹੋਇਆ। ਕਹਿੰਦੇ ਹੋਇਆ ਆਮਨੇ ਸਾਹਮਣੇ ਘਰ ਦੇ ਹੁੰਦੇ ਸੀ ਮੇਰੇ ਹਲ ਦੇ ਆਮਨੇ ਸਾਹਮਣੇ, ਯਾਨੀ ਮੈਂ ਆਪਣੇ ਕੰਮ ਤੋਂ ਨਾ ਆਪਣੇ ਘਰ ਹੁੰਦੀ ਸਫਾਈ ਕਰਨ ਆਉਂਦੇ, ਸਫਾਈ ਕਰਨ ਦੇ ਬਹਾਨੇ ਇੱਕ ਦੂਸਰੇ ਨੂੰ ਇਸ਼ਾਰੇ ਵਗੈਰਾ ਕਰੀਦੇ ਸੀ। ਇਸ਼ਾਰੇ ਕਰਦੇ ਸੀ ਜੀ। ਫਿਰ ਨੰਬਰ ਕਹਿੰਦੇ ਲਿੱਤਾ? ਨੰਬਰ ਆਪਣੇ ਕਾਰਖਾਨੇ ਦੀ ਛੱਤ ਤੋਂ ਦਿੱਤਾ ਸੀ। ਅੱਛਾ, ਉਹ ਤੋਂ ਫਿਰ ਮਾਮਲਾ ਵੱਧਦਾ ਰਿਹਾ। ਹਾਂਜੀ, ਮੁਲਾਕਾਤਾਂ ਵੀ ਹੋਈਆਂ ਜੀ। ਕੀ ਹੋਇਆ ਮੁਲਾਕਾਤਾਂ ਦੇ ਵਿੱਚ? ਮੁਲਾਕਾਤਾਂ ਵਿੱਚ ਆਪਸ 'ਚ ਇੱਕ ਦੂਸਰੇ ਨੂੰ ਮਿਲਿਆ, ਉਹਨਾਂ ਦੇ ਘਰ ਜਾ ਕੇ ਮਿਲਿਆ ਵਾ, ਦੋ ਤਿੰਨ ਦਫ਼ਾ ਜੰਗੇ ਹੈ। ਅੱਛਾ, ਸੁਦਾਲਾ ਲਾ ਲਓ ਕੀ ਦੋ ਤਿੰਨ ਦਫਾ, ਯਾਨੀ ਕਿ ਮਿਲਿਆ ਉਹਨਾਂ ਦੇ ਘਰ ਜਾ ਕੇ ਉਹਨੂੰ ਮੈਂ। ਅੱਛਾ, ਬਸ। ਤੇ ਕਿੰਨੇ ਭੈਣ ਭਰਾ ਹੋ ਤੁਸੀਂ? ਅਸੀਂ ਪੰਜ ਭੈਣ ਭਰਾ। ਵੱਡਾ ਸਭ ਤੋਂ? ਹਾਂਜੀ। ਘਰ ਦਾ ਕਫੀਲ ਕੌਣ ਹੈ? ਮੈਂ। ਵਾਲਦ ਨਹੀਂ ਤੇਰਾ? ਨਹੀਂ, ਵਾਲਦ ਫੋਤ। ਅੱਛਾ, ਤੂੰ ਇੱਕ ਮਾਂ ਕੇ ਖਿਲਾਨਾ ਜੀ? ਅੱਛਾ, ਤੇ ਨਾਲ ਨਾਲ ਇਸ਼ਕ ਵੀ ਕਰਨਾ? ਹਾਂਜੀ। ਅੱਛਾ, ਫਿਰ ਕਰਦਾ ਰਿਹਾ, ਮੁਹੱਬਤ ਹੁੰਦੀ ਰਹੀ। ਫਿਰ ਅੱਗੇ ਕਿਸ ਹੱਦ ਤੱਕ ਚਲਾ ਗਿਆ ਕਿ ਸ਼ਾਦੀ? ਸ਼ਾਦੀ ਦੀ ਕਰ ਗਏ ਆ। ਕਹਿੰਦ ਗਿਆ ਸ਼ਾਦੀ ਤੱਕ? ਉਹਨਾਂ ਦੇ ਉਹਦੀ ਵਾਲਦਾ ਨੂੰ ਕਿਹਾ ਸ਼ਾਦੀ ਦੇ ਬਾਰੇ, ਮਗਰ ਉਹਦੀ ਵਾਲਦਾ ਨਹੀਂ ਮੰਨੇ। ਚਾਰ ਦਫਾ ਮੇਰੀ ਵਾਲਦਾ ਗਏ ਉਹਨਾਂ ਦੇ ਘਰ ਸ਼ਾਦੀ ਦਾ ਕਹਿਣ ਵਾਸਤੇ। ਅੱਛਾ, ਮਗਰ ਉਹਦੀ ਵਾਲਦਾ ਨਹੀਂ। ਕਿਉਂ ਨਹੀਂ ਮੰਨੇ? ਕਹਿੰਦੇ ਕਿ ਨਹੀਂ ਕਰਨੀ ਅਸੀਂ ਸ਼ਾਦੀ। ਨਹੀਂ ਕਰਨੀ ਕੁੜੀ ਦੀ ਸ਼ਾਦੀ? ਫਿਰ ਕੁੜੀ ਕੀ ਕਹਿੰਦੀ ਸੀ? ਕੁੜੀ 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 ਰਾਜ਼ੀ ਸੀ ਸ਼ਾਦੀ ਕਰਨ ਵਾਸਤੇ। ਅੱਛਾ, ਉਹਦੀ ਵਾਲਦਾ ਨਹੀਂ ਸੀ ਕਰਨ ਦਿੰਦੀ? ਨਹੀਂ ਕਰਨ ਦਿੰਦੀ? ਨਹੀਂ। ਕਿਉਂ ਮਨਾ ਕਰਦੀ ਸੀ ਵਾਲਦਾ? ਮੈਂ ਉਹਨੂੰ, ਮੈਨੂੰ ਪਤਾ, ਮੈਂ ਮੇਰੇ ਨਾਲ ਨਹੀਂ ਸੀ ਬੋਲਦੇ। ਅੱਛਾ, ਫਿਰ ਕੀ ਪਲਾਨ ਹੋਇਆ? ਫਿਰ ਕੁਝ, ਕੋਈ ਪਲਾਨ ਨਹੀਂ ਹੋਇਆ ਸਰ। ਤੇ ਸ਼ਾਦੀ ਨਹੀਂ ਹੋ ਰਹੀ ਸੀ? ਨਹੀਂ। ਸਕੂਨ ਦੇ ਨਾਲ ਫਿਰ ਤੂੰ ਮੰਨ ਲਿਆ ਕਿ ਨਹੀਂ ਹੋਣੀ ਸ਼ਾਦੀ? ਨਹੀਂ। ਮੰਨ ਲਈ? ਮੰਨਿਆ ਨਹੀਂ ਸੀ, ਮਗਰ ਉਹਨੇ ਕਿਹਾ ਸੀ ਕਿ ਮੈਂ ਆਵਾਂਗੀ ਵਾਪਸ ਸ਼ਾਦੀ ਤੋਂ ਬਾਅਦ। ਸ਼ਾਦੀ ਤੋਂ ਬਾਅਦ ਵਾਪਸ ਆਏਗੀ? ਨਹੀਂ, ਉਹ ਹੁਣ ਸ਼ਾਦੀ ਜਿਹੜੀ ਉਹਦੀ ਹੋਈ ਉਹ ਕਿੰਨੀ ਦੇਰ ਬਾਅਦ ਹੋਈ ਤੇਰੇ ਨਾਲ ਮੁਹੱਬਤ ਕਰਨ ਦੇ? ਕਿੰਨੀ ਦੇਰ ਬਾਅਦ ਉਹਦਾ ਨਿਕਾਹ ਹੋਇਆ? ਮਤਲਬ ਤਿੰਨ, ਮੇਰੇ ਨਾਲ ਸਾਲ ਪਹਿਲੇ ਹੋਇਆ ਨਿਕਾਹ, ਮੇਰੇ ਨਾਲ ਮਿਲਣ ਤੋਂ ਪਹਿਲੇ। ਤੇਰੇ ਨਾਲ ਮਿਲਣ ਤੋਂ ਪਹਿਲੇ ਨਿਕਾਹ ਹੋਇਆ? ਨਿਕਾਹ ਹੋਇਆ ਸੀ। ਅੱਛਾ 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 ਅੱਛਾ, ਹੋਇਆ ਸੀ ਉਹ? ਹੋਇਆ ਸੀ। ਤੇ ਉਹ ਕੀ ਕਹਿੰਦੀ ਸੀ? ਕੁਛ ਵੀ ਨਹੀਂ, ਉਹ ਮੁੰਡੇ ਨੂੰ ਪਸੰਦ ਨਹੀਂ ਸੀ ਕਰਦੀ। ਮੁੰਡਾ ਕੀ ਕਰਦਾ ਸੀ? ਮੁੰਡਾ ਜੁੱਤੀਆਂ ਦਾ ਕੰਮ ਕਰਦਾ ਸੀ। ਅੱਛਾ, ਤੇਰੇ ਵੱਲ ਗਈ ਸੀ? ਮੇਰੇ ਵੱਲ ਗਈ ਸੀ। ਅੱਛਾ, ਹੁਣ ਪਸੰਦ ਨਹੀਂ ਕਰਦੀ? ਨਹੀਂ ਕਰਦੀ ਸੀ। ਫੇਰ ਕੀ ਕਹਿੰਦੀ ਸੀ? ਮੈਂ ਸ਼ਾਦੀ ਤੋਂ ਬਾਅਦ ਆਵਾਂਗੀ। ਸ਼ਾਦੀ ਤੋਂ ਬਾਅਦ ਵਾਪਸ ਆਵਾਂਗੀ। ਹੁੰਦਾ ਕੀ ਰਿਹਾ ਸਟੋਰੀ ਸੁਣਾ ਨਾ ਸਾਰੀ। ਹੁੰਦਾ ਇਹੀ ਕਿ ਸ਼ਾਦੀ ਤੋਂ ਬਾਅਦ ਵਾਪਸ ਆਵਾਂਗੇ, ਜ਼ਿਆਦਾ ਗੱਲ ਨਹੀਂ ਸੀ ਕਰਦੇ ਅਸੀਂ ਆਪਸ 'ਚ। ਰਾਤ ਨੂੰ ਸਿਰਫ ਥੋੜ੍ਹੀ ਦੇਰ ਵਾਸਤੇ ਗੱਲ ਹੁੰਦੀ, ਉਸ ਤੋਂ ਬਾਅਦ ਫੋਨ ਬੰਦ ਹੋ ਜਾਂਦੇ, ਕਿਉਂਕਿ ਉਹਦੀ ਵਾਲਦਾ ਘਰ ਹੁੰਦੀ ਸੀ ਰਾਤ ਨੂੰ। ਅੱਛਾ, ਭੈਣ ਭਰਾ ਦੇ ਘਰ ਹੁੰਦੇ ਸੀ ਤੇ ਜ਼ਿਆਦਾ ਗੱਲ ਨਹੀਂ ਸੀ ਕਰਦੀ। ਨਿਕਾਹ ਹੋਇਆ ਸੀ, ਉਹਦੀ ਰੁਖਸਤੀ ਕਦੋਂ ਹੋਈ? ਰੁਖਸਤੀ 9 ਤਰੀਕ ਨੂੰ ਮੇਰੇ ਨਾਲ ਹੋਈ ਹੈ। ਤੇਰੇ ਖਿਆਲ ਨਾਲ 5 ਤਰੀਕ ਹਾਲੇ ਦਿਨ ਉਹਦਾ ਵਿਆਹ ਸੀ? ਅੱਛਾ, 9 ਤਰੀਕ ਹਾਲੇ ਦਿਨ ਉਹਦਾ ਮੁਕਲਾਵਾ ਗਿਆ। ਅੱਛਾ, ਉਦੋਂ ਯਾਨੀ ਕਿ ਹੋਇਆ ਕੀ ਹੋਇਆ ਉਹ ਸਾਰੀ ਗੱਲ ਦੱਸ। ਤੂੰ ਉਸ ਦਿਨ ਉਹਨੂੰ ਜਦੋਂ ਰੁਖਸਤੀ ਹੋਈ ਉਹਦੇ ਨਾਲ ਤੇਰੀ, ਉਸ ਤੋਂ ਪਹਿਲੇ ਗੱਲ ਕੀ ਹੋਈ, ਪਲੈਨਿੰਗ ਕੀ ਹੋਈ, ਉਹ ਸਾਰਾ ਕੁਝ ਦੱਸ। ਪਲੈਨਿੰਗ ਕੋਈ ਵੀ ਨਹੀਂ ਹੋਈ, ਪਲੈਨਿੰਗ ਸਿਰਫ ਮੌਕੇ ਦੇ ਉਹਨੇ ਮੈਨੂੰ ਕਿਹਾ ਕਿ ਇਸ ਤਰ੍ਹਾਂ ਨੂੰ ਮਾਰ ਦੇ। ਕਿਹੜੇ ਮੌਕੇ ਤੇ? ਕਿ ਯਾਨੀ ਕਿ ਜਦੋਂ ਮੁਕਲਾਵੇ ਵਾਲੇ ਦਿਨ ਚੱਲੇ ਸੀ ਉਹਨੇ ਉਦੋਂ ਮੈਨੂੰ ਕਿਹਾ ਕਿ ਉਹਨੂੰ ਮਾਰ ਦੇ। ਮੁਕਲਾਵੇ ਵਾਲੇ ਦਿਨ ਕਿਹਾ? ਹਾਂਜੀ। ਬਰਾਤ ਵਾਲੇ ਦਿਨ ਤੂੰ ਉਹਦਾ ਪਿੱਛਾ ਨਹੀਂ ਕਰਦਾ ਰਿਹਾ ਚਾਦਰੇ ਤੱਕ? ਬਰਾਤ ਵਾਲੇ ਦਿਨ ਉਹਦੇ ਪਿੱਛੇ ਗਏ ਜ਼ਰੂਰ ਹਾਂ। ਕੀ ਕਰਨ ਗਏ ਸੀ? ਬਿਜ਼ਨਸ ਸੀ ਹੈ, ਮਾਰਨ ਦੇ ਚੱਕਰ ਚ ਗਏ ਸਾਂ। ਤੇ ਫਿਰ ਉਹ ਗੱਲ ਦੱਸ ਨਾ ਸਾਰੀ ਖੁੱਲ ਕੇ, ਹੁਣ ਤੇ ਤੂੰ ਫੜਿਆ ਗਿਆ ਹੈ, ਹੁਣ ਝੂਠ ਕਿਉਂ ਬੋਲ ਰਿਹਾ? ਮਗਰ ਬਰਾਤ ਵਾਲੇ ਦਿਨ ਉਹਨੇ ਨਹੀਂ ਸੀ ਕਿਹਾ ਮਾਰਨ ਦਾ। ਬਰਾਤ ਵਾਲੇ ਦਿਨ ਆਪ ਮਾਰਨਾ ਸੀ? ਮਾਰਨਾ ਸੀ, ਆਪਣਾ ਪਲਾਨ ਕੀਤਾ ਸੀ। ਆਪਣਾ ਪਲਾਨ ਉਹ ਕੀ ਕੀਤਾ ਉਹ ਸਾਰਾ ਕੁਝ ਬਕੂਗਾ ਸੁਣਾ। ਬਰਾਤ ਵਾਲੇ ਦਿਨ ਇਹੀ ਪਲਾਨ ਕੀਤਾ ਕਿ ਜਦੋਂ ਮੇਰੇ ਹੱਲ ਵੇਖਣਾ, ਜਦੋਂ ਨਿਕਲਣਗੇ ਉਦੋਂ ਇਹਨਾਂ ਦਾ ਪਿੱਛਾ ਕਰਾਂਗੇ, ਜਿੱਥੇ ਮੌਕਾ ਮਿਲਿਆ ਉੱਥੇ ਮਾਰ ਦਾਂਗੇ। ਕਿੱਥੋਂ ਨਿਕਲੇ, ਕਿੰਜ ਨਿਕਲੇ, ਨਾਲ ਕੌਣ ਸੀ, ਕਿੱਥੋਂ ਪਿਸਤੌਲ ਲਿੱਤੇ? ਪਿਸਤੌਲ ਇੱਕ ਮੁੰਡੇ ਦਾ ਹੈਗਾ ਸੀ। ਕਿਹੜਾ ਮੁੰਡਾ? ਉਹ ਆਸਮ। ਕੀ ਕਿਹਾ ਉਹਨੂੰ? ਉਹਨੂੰ ਕਿਹਾ ਪਿਸਤੌਲ ਚਾਹੀਦਾ, ਉਹਨੇ ਦੇ ਦਿੱਤਾ। ਅੱਛਾ, ਫਿਰ ਨਾਲ ਕਿਹਨੂੰ ਫੜਿਆ? ਨਾਲ ਮੁੰਡਾ ਹੈਗਾ ਸੀ ਅਬਾਸ, ਉਹਨੂੰ ਲੈ ਕੇ ਆਸਮ ਬਰਾਤ ਵਾਲੇ ਦਿਨ। ਅੱਛਾ, ਅਸੀਂ ਦੋਵੇਂ ਗਏ ਮਗਰ ਉਹ ਨਿਕਲ ਗਏ ਸੀ ਅੱਗੇ ਤੇ ਅਸੀਂ ਫਿਰ ਵਾਪਸ ਆ ਗਏ ਉੱਥੇ। ਅੱਛਾ, ਨਜ਼ਰ ਹੀ ਨਹੀਂ ਆਏ ਤੇ? ਨਜ਼ਰ ਹੀ ਨਹੀਂ ਆਏ ਉਹ। ਮੁਕਲਾਵੇ ਵਾਲੇ ਦਿਨ ਕੁੜੀ ਦਾ ਫੋਨ ਆਇਆ ਸੀ, ਮੁਕਲਾਵੇ ਵਾਲੇ ਦਿਨ ਉਹਨੇ ਮੈਨੂੰ ਕਿਹਾ ਕਿ ਇਸ ਤਰ੍ਹਾਂ ਗੱਲ ਕੰਮ ਕਰਨਾ। ਕੀ ਇਸ ਤਰ੍ਹਾਂ ਗੱਲ ਕਰਨੀ ਹੈ? ਉਹ ਪੂਰੀ ਖੁੱਲ ਕੇ ਦੱਸ, ਇੰਨਾ ਫੌਰੀ ਤੌਰ ਤੇ ਉਹਨੇ ਆ ਥੋੜੀ ਕਿਹਾ ਹੋਏਗਾ ਕਿ ਕਤਲ ਕਰਨਾ? ਫੌਰੀ ਤੌਰ ਤੇ ਉਹਨੇ ਇਹੀ ਕਿਹਾ ਕਿ ਇਸ ਤਰ੍ਹਾਂ, ਯਾਨੀ ਕਿ ਅੱਜ ਮੈਂ ਚੱਲੀ ਆ ਤੇ ਉਹਨੂੰ ਅੱਜ ਮੌਕਾ ਹੈਗਾ ਤੇ ਉਹਨੂੰ ਮਾਰ ਦਿਓ। ਜਿਵੇਂ ਅੱਜ ਮੌਕਾ ਹੈ ਤੇ ਪਹਿਲੇ ਤੇਰੇ ਨਾਲ ਉਹਨੇ ਗੱਲ ਕੀਤੀ ਹੋਏਗੀ ਨਾ? ਪਹਿਲੇ ਯਾਨੀ ਕਿ ਇਹੀ ਗੱਲ ਹੋਈ ਸੀ ਕਿ ਨਹੀਂ ਕਰਾਂਗੇ ਅੱਜ ਗੱਲਬਾਤ, ਯਾਨੀ ਕਿ ਆਪਸ ਦੇ ਵਿੱਚ ਆਪਸ 'ਚ ਰਿਸ਼ਤਾ ਨਹੀਂ ਰੱਖਾਂਗੇ ਸ਼ਾਦੀ ਤੋਂ ਬਾਅਦ। ਨਹੀਂ। ਅੱਛਾ, ਉਹਨੇ ਕੁੜੀ ਨੇ ਕਿਹਾ ਜੇ ਆ ਗਈ ਤੇ ਫੇਰ ਹੋਏਗਾ, ਜੇ ਨਾ ਆ ਸਕੀ ਤੇ ਫੇਰ ਨਹੀਂ ਹੋਏਗਾ ਰਿਸ਼ਤਾ। ਮਰਨ ਮਰਾਨ ਦੀ ਗੱਲ ਯਾਨੀ ਕਿ ਮੁਕਲਾਵੇ ਵਾਲੇ ਦਿਨ ਤੋਂ ਸ਼ੁਰੂ ਹੋਈ ਸੀ। ਅੱਛਾ, ਉਹਨੇ ਤੈਨੂੰ ਫੋਨ ਕੀਤਾ? ਫੋਨ ਕੀਤਾ ਸੀ ਰਾਤ ਨੂੰ ਜਦੋਂ ਉਹਨੇ ਜਾਣ ਲੱਗੇ, ਦੂਸਰਾ ਫੋਨ ਜਦੋਂ ਆਇਆ ਨਾ ਮੈਨੂੰ, ਜਿਹੜਾ ਮੈਂ ਸੁਣਿਆ, ਉਹਨੇ ਮੈਨੂੰ ਉਦੋਂ ਕਿਹਾ ਕਿ ਇਹਨੂੰ ਮਾਰ ਦੀ। ਅੱਛਾ,
ਉਦੋਂ ਯਾਨੀ ਕਿ ਅਸੀਂ ਗਏ ਬਸ ਮਗਰ। ਅੱਛਾ ਤੂੰ ਫੌਰੀ ਤਿਆਰ ਹੋ ਗਿਆ, ਤੂੰ ਤੇ ਪਹਿਲੇ ਮਾਰਨ ਦੇ ਚੱਕਰ ਹੈ ਤੁਸੀਂ ਪਹਿਲੇ। ਅੱਛਾ ਮਗਰ ਜਦੋਂ ਪਹਿਲੇ ਹੈਗਾ ਸੀ ਉਸ ਤੋਂ ਬਾਅਦ ਜਦੋਂ ਨਹੀਂ ਹੋਇਆ ਮਗਰ ਮੈਂ ਉਸਮਾਨ ਨੂੰ ਇਹੀ ਕਿਹਾ ਕਿ ਅਸੀਂ ਜਾਣਾ, ਫੋਨ ਆਇਆ ਇਸ ਤਰ੍ਹਾਂ ਯਾਨੀ ਕਿ ਉਹਨੂੰ ਮਾਰਨਾ ਕੁੜ ਕੇ ਆਉਂਦੀ, ਅਸੀਂ ਮਹਿੰਦੀ ਤੇ ਬੈਠੇ ਸਾਂ ਫਾਟਕ ਤੇ ਜਾਣਦੇ ਸੀ। ਉਹ ਨਹੀਂ ਚੁਬੱਚੇ ਫਾਟਕ ਨੀ ਆਇਆ, ਕਿੱਥੇ ਹੋਇਆ ਸੀ ਆਇਆ? ਉਹ ਕੀ ਕਰਨ ਆਇਆ ਸੀ? ਕੁੜੀ ਦੇ ਘਰ ਮਕਲਾਵਾ ਲੈਣ ਆਏ ਸੀ। ਮਕਲਾਵਾ ਲੈਣ ਆਏ ਸੀ, ਕੁੜੀ ਨੂੰ ਵਾਪਸ ਲਿਜਾਣ ਆਏ ਸੀ। ਕਿੱਧਰ ਦਾ ਰਹਿਣ ਵਾਲਾ ਸੀ? ਉਹ ਮਰੀਦਕੇ ਦਾ ਰਹਿਣ। ਅੱਛਾ ਫੇਰ ਕੁੜੀ ਦਾ ਫੋਨ ਆਇਆ ਉਹਨੇ ਕਿ ਅਸੀਂ ਇਸ ਤਰ੍ਹਾਂ ਇੱਧਰੋਂ ਦੀ ਜਾਣਾ। ਪਿੱਛਾ ਕਿੱਥੋਂ ਸ਼ੁਰੂ ਕੀਤਾ? ਪਿੱਛਾ ਅਸੀਂ ਮੁਗਲਪੁਰਿਓਂ ਕੀਤਾ। ਮੁਗਲਪੁਰੇ ਤੋਂ ਪਿੱਛੇ ਲੱਗ ਗਏ ਜੀ ਸਰ। ਫੇਰ ਚੁਬੱਚੇ ਫਾਟਕ ਉਹਨੇ ਕ੍ਰਾਸ ਕੀਤਾ ਤੇ ਉੱਥੇ ਅਸੀਂ ਉਹਨੂੰ ਮਾਰਿਆ। ਚੁਬੱਚੇ ਫਾਟਕ ਕਿੱਥੇ ਬੈਠਾ ਹੋਇਆ ਸੀ? ਪਿਛਲੀ ਰਿਕਸ਼ੇ ਤੇ ਬੈਠਾ ਸੀ, ਪਿਛਲੀ ਸੀਟ ਤੇ। ਕਿਹੜੇ ਰਿਕਸ਼ੇ ਤੇ? ਚਿੰਗਜੀ ਰਿਕਸ਼ੇ ਤੇ। ਅੱਛਾ ਉੱਥੇ ਉਹਨੂੰ ਮਾਰਿਆ। ਉੱਥੇ ਫਿਰ ਉੱਤਰ ਕੇ ਮਾਰਿਆ ਗੋਲੀਆਂ ਕਿ ਬੈਠੇ ਹੀ ਮੋਟਰਸਾਈਕਲ ਤੇ? ਤੋਂ ਗੋਲੀਆਂ ਚ ਮੋਟਰਸਾਈਕਲ ਤੇ ਬੈਠੇ। ਪਿੱਛੇ ਇਕੱਲਾ ਸੀ ਉਹ? ਜੀ ਨਹੀਂ ਨਹੀਂ, ਉਹਦਾ ਪਿਓ ਸੀ ਤੇ ਉਹਦਾ ਭਰਾ ਸੀ। ਕਿੰਨੀਆਂ ਗੋਲੀਆਂ ਮਾਰੀਆਂ? ਗੋਲੀਆਂ ਦਾ ਨਹੀਂ ਪਤਾ, 6-7 ਹੈਗੀਆਂ ਸੀ ਵਿੱਚ। ਸਿੱਧੀਆਂ ਮਾਰਤੀਆਂ ਜੀ ਸਰ। ਅੱਛਾ ਮਾਰਨ ਤੋਂ ਬਾਅਦ ਕੀ ਕੀਤਾ? ਮਾਰਨ ਤੋਂ ਬਾਅਦ ਅਸੀਂ ਵਾਪਸ ਆ ਗਏ। ਕਿੱਧਰ? ਘਰ। ਅੱਛਾ ਫਿਰ ਘਰ ਆਏ, ਫਿਰ ਹਸਪਤਾਲ ਵੀ ਗਿਆ ਵਾ। ਕੀ ਕਰਨ? ਉਹ ਕੁੜੀ ਇੱਕ ਨੂੰ ਕਹਿੰਦੇ ਸੀ ਵਜੀ ਗੋਲੀ ਤੇ ਉਹਨੂੰ ਵੇਖਣ ਗਿਆ ਸੀ। ਉਹ ਦੁਲਹਨ ਤੇਰੀ ਮਹਿਬੂਬਾ ਨੂੰ? ਜੀ। ਕੀ ਨਾਂ ਸੀ ਉਹਦਾ? ਰਿਮਸ਼ਾ। ਰਿਮਸ਼ਾ। ਅੱਛਾ ਫਿਰ? ਮਗਰ ਉਹਨੂੰ ਨਹੀਂ ਸੀ ਲੱਗੀ। ਅੱਛਾ ਤੇ ਫਿਰ ਮੈਂ ਵਾਪਸ ਆ ਗਿਆ। ਫਿਰ ਸੁਬਹ ਜਦੋਂ ਘਰ ਆਇਆ ਵਾ ਤੇ ਪੁਲਿਸ ਆ ਗਈ, ਉਹਨਾਂ ਨੇ ਫਿਰ ਮੈਨੂੰ ਫੜ ਲਿਆ। ਅੱਛਾ ਉਸ ਤੋਂ ਬਾਅਦ ਮੈਂ ਇੱਧਰ ਆ ਗਿਆ। ਤੇ ਰਿਮਸ਼ਾ ਦੇ ਨਾਲ ਮੁਹੱਬਤ ਕੀਤੀ, ਹੁਣ ਉਹਦੇ ਨਾਲ ਸ਼ਾਦੀ ਕਰਨੀ? ਬੰਦਾ ਤੇ ਉਹਦਾ ਤੂੰ ਮਾਰਤਾ ਹੈ? ਕੀ ਇਸ ਤਰ੍ਹਾਂ ਗਲਤੀ ਹੋ ਗਈ? ਬਸ ਹੈ, ਗਲਤੀ ਹੋ ਗਈ ਸਰ। ਗਲਤੀ ਹੋ ਗਈ? ਐਡਾ ਕੋਈ ਰਿਸਪੋਂਸ ਦਿੱਤਾ ਤੂੰ ਉਹਦਾ ਬੰਦਾ ਮਾਰਤਾ, ਕਤਲ ਕਰਤਾ, ਉਹਦਾ ਕੀ ਕਸੂਰ ਸੀ? ਉਹਨੇ ਤੇਰੇ ਨਾਲ ਕੋਈ ਤਲਕਲਾਮੀ ਕੀਤੀ ਹੈ? ਨਹੀਂ, ਕੋਈ ਖਿਆਲ ਨਹੀਂ ਆਇਆ ਤੈਨੂੰ ਗੋਲੀ ਚਲਾਉਂਦੇ ਉਸ ਟਾਈਮ? ਕਿੰਨੀ ਕੁ ਸ਼ਦੀਦ ਮੁਹੱਬਤ ਸੀ ਜਿਹੜੀ ਉਹਦੀ ਮਾਂ ਨਹੀਂ ਰਿਸ਼ਤਾ ਹੁੰਦੇ ਰਹੀ ਸੀ ਉਹਨੂੰ ਕਦੀ ਜਾ ਕੇ ਕਿਹਾ ਕਿ ਮੈਂ ਕੁਛ ਕਰ ਦਾਂਗਾ ਅਗਰ ਤੁਸੀਂ ਸ਼ਾਦੀ ਨਾ ਕੀਤੀ? ਨਹੀਂ, ਇਹ ਲਫ਼ਜ਼ ਕਦੀ ਨਹੀਂ ਕਿਹਾ। ਤੇ ਹੁਣ ਪਲੈਨਿੰਗ ਕੀ ਸੀ? ਉਹਨੇ ਤੈਨੂੰ ਕਿਹਾ ਮਾਰ ਦੇ, ਉਸ ਤੋਂ ਬਾਅਦ ਤੁਸੀਂ ਕੀ ਕਰਨਾ ਸੀ? ਉਸ ਤੋਂ ਬਾਅਦ ਯਾਨੀ ਕਿ ਉਹਨੇ ਕਿਹਾ ਸੀ ਕਿ ਜਦੋਂ ਤੂੰ ਉਹਨੂੰ ਮਾਰ ਦੇਗਾ ਨਾ ਫਿਰ ਮੇਰੇ ਘਰ ਤੁਸੀਂ ਰਿਸ਼ਤਾ ਭੇਜੇਗਾ ਤੇ ਮੇਰੀ ਮਾਂ ਮੰਨ ਜਾਏਗੀ ਸ਼ਾਇਦ ਰਿਸ਼ਤੇ ਵਾਸਤੇ। ਅੱਛਾ, ਉਸ ਤੋਂ ਪਹਿਲੇ ਨਹੀਂ ਸਾਡਾ ਰਿਸ਼ਤਾ ਹੋ ਸਕਦਾ? ਤੇ ਉਹ ਇਹ ਸੋਚਿਆ ਵੀ ਨਹੀਂ ਕਿ ਤੇਰੇ ਤੇ ਸ਼ੱਕ ਆਏਗਾ ਜਾਂ ਤੂੰ ਫੜਿਆ ਜਾਏਗਾ? ਸੋਚਿਆ ਸਰ, ਮੈਂ 8 ਮਹੀਨੇ ਤੋਂ ਯਾਨੀ ਕਿ 8 ਮਹੀਨੇ ਪਹਿਲੇ ਉਹਨੇ ਮੈਨੂੰ ਇਹ ਲਫ਼ਜ਼ ਕਿਹਾ ਸੀ ਮਗਰ ਮੈਂ ਨਹੀਂ ਇਹ ਕੀਤਾ, ਕੰਮ ਕਦਮ ਨਹੀਂ ਚੁੱਕਿਆ ਉਹਨੂੰ ਮਾਰਨ ਵਾਲਾ। ਅੱਛਾ, 8 ਮਹੀਨੇ ਪਹਿਲੇ ਤੋਂ ਜ਼ੇਨ ਦੇ ਵਿੱਚ? ਜ਼ੇਨ ਦੇ ਵਿੱਚ ਸੀ ਮਗਰ ਮੈਂ ਉਹਨੂੰ ਮਾਰਿਆ ਨਹੀਂ ਸੀ ਨਾ ਉਹਨਾਂ ਨੂੰ ਪਿੱਛੇ ਕੀਤਾ ਕਦੀ। ਆਉਂਦੇ ਰਹੇ ਨੇ ਇੱਥੇ, ਕਿੰਨੀ ਦਫ਼ਾ ਆਏ ਨੇ ਮਗਰ ਮੈਂ ਕਦੀ ਇਹੋ ਜਿਹਾ ਨਹੀਂ ਸੋਚਿਆ। ਮਗਰ ਉਸ ਦਿਨ ਰਾਤ ਨੂੰ ਮਹਿੰਦੀ ਤੇ ਗਏ ਹਾਂ ਆਪਣੀ ਦੋਸਤ ਦੀ ਤੇ ਉੱਥੇ ਯਾਨੀ ਕਿ ਨਸ਼ਾ ਵਗੈਰਾ ਕਰ ਸ਼ਰਾਬ ਪੀਤੀ ਸੀ। ਅੱਛਾ ਤੇ ਉਹਦਾ ਫੋਨ ਆਇਆ ਸੀ ਤੇ ਰੋਂਦੀ ਸੀ ਗੁੱਸੇ ਵਿੱਚ, ਬਾਅਦ ਚ ਉਹਨੇ ਕਿਹਾ ਫਿਰ ਗਿਆ, ਫੇਰ ਕਰਨਾ ਪਿਆ, ਫੇਰ ਕਰਨਾ। ਮੈਂ ਬੱਜੂ ਇੰਨੀ ਗਈ ਸੀ ਤਿਆਰ ਬਾਬਾ ਕਰਦਾ ਤੂੰ ਉਹਦੇ ਨਾਲ ਜੀ, ਹੁਣ ਵੀ ਹੈ? ਹੁਣ ਕਿੱਥੇ, ਹੁਣ ਕਿਉਂ ਨਹੀਂ ਕਰਦਾ? ਹੁਣ ਕੀ ਹੋਇਆ ਪਿਆਰ ਨੂੰ? ਉਹਦੇ ਖਾਤਰ ਤੂੰ ਬੰਦਾ ਤੇ ਮਾਰਤਾ, ਹੁਣ ਮੁਹੱਬਤ ਨੂੰ ਕੀ ਹੋਇਆ? ਹੈ ਕੁਛ ਵੀ ਨਹੀਂ ਸਰ। ਤੇ ਕੋਈ ਮਤਲਬ ਉਹ ਤੋਂ ਬਾਅਦ ਕੋਈ ਸ਼ਰਮ ਮਹਿਸੂਸ ਹੋਵੇ ਹੋਈ ਹੋਵੇ ਕਿ ਉਹ ਮੁੰਡਾ ਮਾਰਤਾ, ਫਿਰ ਤੂੰ ਮਹਿਬੂਬਾ ਨੂੰ ਵੇਖਣ ਗਿਆ ਕਿ ਉਹਨੂੰ ਗੋਲੀ ਵੱਜ ਗਈ, ਐਸੇ ਟੈਨਸ਼ਨ ਚ ਲੱਗਾ ਰਿਹਾ? ਉਹਦੇ ਨਾਲ ਗੱਲ ਨਹੀਂ ਹੋਈ ਕਤਲ ਕਰਨ ਤੋਂ ਬਾਅਦ? ਨਹੀਂ। ਹੁਣ ਇਸ਼ਾਰਾ ਕਰਕੇ ਗਿਆ ਚਿੰਗਚੀ ਤੇ ਬੈਠੇ? ਨਹੀਂ ਨਹੀਂ, ਉਹ ਵਾਪਸ ਚਲਾ ਗਿਆ। ਉਹ ਤੋਂ ਬਾਅਦ ਕੋਈ ਗੁਫ਼ਤਗੂ ਨਹੀਂ? ਇੱਥੇ ਜਦੋਂ ਫੜੀ ਗਏ ਇੱਥੇ ਵੀ ਨਹੀਂ? ਇੱਥੇ ਤੇਰੇ ਨਾਲ ਨਹੀਂ ਖਲੋਤੀ ਆ ਕੇ? ਖੜੇ ਹੋਏ ਨੇ, ਲੈਦਾ ਲੈਦਾ ਸੀ ਮਗਰ ਗੁਫ਼ਤਗੂ ਕੋਈ ਨਹੀਂ ਕੀਤੀ। ਕੀ ਕਹਿੰਦੀ ਹੈ ਹੁਣ ਕੁੜੀ, ਤੇਰੇ ਨਾਲ ਸ਼ਾਦੀ ਕਰੇਗੀ? ਕਿੱਥੇ ਗਈ ਮੁਹੱਬਤ ਤੇਰੀ? ਕਿਹੜੇ ਕਿਹੜੇ ਕਸਮਾਂ ਵਾਅਦੇ ਕੀਤੇ ਸੀ ਮੁਹੱਬਤ ਦੇ ਉੱਤੇ? ਹੁਣ ਕੀ ਮੁਸਤਕਬਿਲ ਹੈ ਤੇਰਾ? ਤੇਰੇ ਘਰ ਵਾਲਿਆਂ ਦਾ ਕੀ ਮੁਸਤਕਬਿਲ ਹੈ? ਉਹ ਜਿਹੜੇ ਤੇਰੇ ਕਮਾਨ ਦੀ ਵਜ੍ਹਾ ਤੋਂ ਖਾਂਦੇ ਸੀ ਉਹ ਕੀ ਕਰਦੇ ਹੋਣੇ? ਹੈ ਕੋਈ ਹੋਰ ਤੁਹਾਡੇ ਇਲਾਵਾ, ਤੇਰੇ ਇਲਾਵਾ ਭਰਾ ਹੈਗਾ ਕੋਈ? ਛੋਟੇ ਨੇ। ਕੰਮ ਕਰਦਾ ਕੋਈ? ਨਹੀਂ।
तो फिर कैसी लगी मोहब्बत? हुन सुकून है, हुन की होना चाहिए? तेन सजा की मिलनी चाहिए, सजा की मिलनी चाहिए? पता नहीं है, नहीं पता की होंगी है सजा, पता है कतल दी? कदी सुनी नहीं? मासूम आदमी है, प्यार भी करना है, कतल भी करना है, प्लानिंग भी करना है, ए नहीं पता कि सजा की मिलती? जेडे कतल कर दे उन्होंने सजा की मिलती है? नहीं पता इस चीज, जेल च फांसी नहीं होंगी? वो कि होंगी कतल आ लिया तेन होनी चाहिए? तू बिना वजह एक बंदा मारता जेदा कोई कसूर नहीं सी, ना तेरा उहदे नाल दावत सी, ना तेरी उहदे नाल लड़ाई हुई, कोई बिना वजह ही मारता ना अपनी महबूबा दे कहन ते, ते की सजा होनी चाहिए तेन? फांसी दी के माफ कर दे, तेन माफ कर दे, दोबारा शादी करेंगा उहदे नाल, कुड़ी ना करेंगा शादी? हैं बोल ना, आवाज क्यों नहीं आ रही तेरी? नहीं हुण दस की बनेगा मुस्तकबिल, की करना चाहिए? इधर वेख, इधर मेरे वाल वेख, कैमरे वाल वेख, या मेरे वाल वेख, की करना चाहिए? इश्क दे विच इंज ही करना चाहिए? कुड़ी दी मननी चाहिए? अगे भी दस ना, नहीं तेरी तरह दे होर भी आशक वेख रहे होने, नहीं की करना चाहिए? मैसेज दे, अगर कोई तेन होया थोड़ा जिहा पछतावा है तो की करना चाहिए? इश्क नहीं करना चाहिए। की नहीं करना चाहिए? इश्क नहीं करना चाहिए। ठीक है, तो कतल तकरीबन कोई 7 साल तो है। 7 साल तो है, तेनू ओदी मोहब्बत दा नहीं पता? झूठ बोल रहे? नहीं, असि सर मिलते नहीं सा, आपस सिर्फ सलाम का जिक्र सी, ते एक दो हफ्ते हुए ने असी ज्यादा कट्ठे बहना शुरू हो गए सा। अच्छा, ते उदों दा बस इन्हें फोन किया सी तेल मेहंदी वाले दिन, ते मैं नाल चला गया सा, ते कतल कीता इन्हें। की किया फोन करके? की किया फोन करके? इन्हें कहा कि यार 6 बजे फाटक दे कर जाना है, ते कतल करना है। कतल करना है? हां, उस टाइम कोई समझ नहीं सी। तू की किया उस टाइम? देखकर कोई समझ नहीं आई। नहीं, की समझ नहीं आई? तेरा दोस्त है, 7 साल तो दोस्तों मिलते भी नहीं, तू अपने दोस्त नु ऐ नहीं किया कि कतल नहीं करीदा? कतल एक बड़ा बड़ा गलत काम है, गया पुलिस फड़ लेंदी है, जेल चला जांदा बंदा, क्यों कतल करना है, कैनू करना है, कोई सवाल नहीं किया? इन्ना ताबेदार है वो, जैन अपनी महबूबा की ताबेदारी कर रहे हैं, तू अपने दोस्त की ताबेदारी कर रहे हैं, मतलब सही तरह गल दस। हुण ते पड़े गए। उस टाइम सानू सर कोई समझ नहीं सी आई, मैं मोटरसाइकिल की कुमारी ते असीं चले गए सा। अच्छा, मुगलपुरे तो मगर लगे। तू भी शराब पीती? नहीं सर। हां, ते फिर तैन क्यों नहीं समझ आई? बस उस टाइम तेल मेहंदी दी मस्ती दे विच हैगे सा, ठीक है, वो चले गए, उत्थे इन्हें फायरिंग कीती ते कतल हो गया, असीं उधरों गड्डी मोड़ के घर चले गए सा, ते सुबह उठे ते इत्थे आ गए। चुप करके चले गए? गन पॉइंट ते लैके गया तन? नहीं, उन दी लै गया। हां, तेल मेहंदी दी मस्ती पहले भी बंदे एंजी मारदा रहे? तू शूटर है? नहीं सर। उजर दी कातल है? नहीं सर। फिर तू ते एंजी ड्यूटी निभाई है जंज उजर दी कातल ने बंदे मोटरसाइकिल स्टार्ट कीती है? जिंदगी च पहली दफा सारा काम होया, गलती हो गई है मेरे ते। जरा नहीं उस टाइम घबराहट हुई तन? उस टाइम नहीं सी सर हुई। मोटरसाइकिल तू चला रहा है? जी सर। सही चलाई मोटरसाइकिल? भज्जे फिर उतो? हां जी। की सोचे असी फिर उतो बाद कतल तो बाद की होएगा? कुछ भी नहीं सर, उस टाइम तां दसया कोई समझ नहीं आई, गड्डी डर के घर लगाती सी। मैनूं पता, मेरा कोई राबता नहीं होया उस तो बाद। कोई गल नहीं हुई, बस उन्हें कहा कतल करना है, वापसी आए हैं, असीं आ गए, ते बस मैं घर जाके लंबे पे आवां, ते नींद आ गई, मैं सो गया। सुबह कार पुलिस आ गई। अच्छा, सो भी गया कतल करन तो बाद? जी। वो की करना की है तू? मैं सर लकड़ी का काम। लकड़ी का काम, तो कतल तो बाद नींद भी आ गई? सर जी बस डर गया सा, डरन तो नाल नींद आ जांदी।
लेटिया तो बस नींद आ गई थी सुबह सर सुबह उठ के फिर पुलिस ने फड़ लिया है जी सर हम की होना चाहिए तेरे नाल जाएं तू दसी है आप ही कितनी उम्र कितनी तेरी मेरी 20 साल सर 20 साल थोड़ी जी अकल भी नहीं है तेरे च उते देखना जी सर हां कितनी अकल उकल कोई भी नहीं है कत्ल पहले नहीं सुनया कभी कोई मोहल्ले जो कत्ल होया होवे इलाके जो कोई इधर उधर कत्ल का पता है ना जी सर सजा मिलती है दी जी सर की होंदी सजा जी फांसी है सर सजा फांसी ते तन्नू की सजा होनी चाहिए फिर मौका मिला जिंदगी चो फिर किसी दोस्त ने जाके कतल करेगा भी नहीं सर मैं इस काम च नहीं आना इस तो बाद अच्छा किन्ने भैन भरा हो असी सात किन्नवे नंबर ते मैं तीसरे ते दो भाई वड्डे ने